ਮੈਂ ਤਾਂ ਆਖਦੀ ਆ ਮੈਂ ਆਪਣੀ ਮਨਮੋਹਣੀ ਸ਼ਹਿਜ਼ਾਦੀ ਦਾ ਨਾਂ ਸ਼ਾਦੋ ਰੱਖਾਂ ਸ਼ਾਦੋ। ਲੋਲੀ ਲੋਲੀ ਅੱਖੇ ਮਾਂ ਲੋਲੀ, ਲੋਲੀ ਲੋਲੀ ਅੱਖੇ ਮਾਂ ਲੋਲੀ, ਦੇਖ ਲੋਲੀ ਵਧੀਆ ਗੋਲੀ, ਲੱਲਾ ਦੇਖ ਲੋਲੀ ਵਧੀਆ ਗੋਲੀ, ਲੋਲੀ ਲੋਲੀ ਅੱਖੇ ਮਾਂ ਲੋਲੀ। ਅੱਜ ਮੈਂ ਤੈਨੂੰ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਦੀ ਕਹਾਣੀ ਸੁਣਵੇ ਸਾਂ। ਸੁਣ ਸੀ ਨਾ ਰਹੀਮਾ
کت گئی ہے شادو؟ کتنی دیر تھی گئی ہے حالی تین کہنی والی؟ اما او نیک شادو اپنے پیو نہ لاغیے بھج گیا ہے تے ول کہ پکڑے میں اٹ کو پکڑم جاکم دھپ مرے سا میری اماں میری سکی اماں میرے ابے کو مکھن کھوا ایویں موٹا کر جویں میری وڈی اماں موٹی ہے میری اماں دی نا عمر 500 سال تھی وے 500 سال اوئے میں کوئی اتنا بڈڑا نہ کر میری سونی دی میں کوئی ایڈا بڈڑا کر تے مرے سی 500 سال تھی وے ہاں اچھا میری سونی اماں ہن والا کھا میں میں امینا کھا نا میں کو دسا نا آکھ آکھ امین میں کو پہلے دسے سی ہن کیوں آکھ آکھ نا کیوں نا نا تو پہلے آکھ امین جی میں آکھ کیوں نے اوے جا نہ میں کو دسا تے سی میں کیوں آکھ نا پہلے آکھ امین جی میں ہنے آکھی اوے آکھ جی جلدی آکھ ماں امین ہاں ہن میں چلے سن دے سے سا اچھا ماں اللہ سے جڑا میں کو موت دے وے نا تے میرا سا تیری جھولیے چ نکلے ہائے کیا کڑی تھی شادو سلام بادل سائیں وعلیکم سلام سردار صاحب بکریاں چراون گئی ہم تھن گھر ویندی پیاں پانی پیواں اللہ سونا نظر نہ لاوے اللہ سینے راج سونا بڑھائے تے کو راج سونا لگ دے تے کو ہی شیدا پتا کہ نہیں جیویں ساری اے سونی روئی تے شادو میری ای روئی تو وی ود سونی اے ود شادو او میں کو ترہے لگی کھڑی ہن میں ویندی پیا اچھا ول ماں کوئی بڑی گال سنوا بڑی گال سنوا ہاں میں جوانی اچ ایڈی سونی ہوندی ہم ایڈی سونی ہوندی ہم میں کنو تا دی پٹھانی زیادہ سونی ہوندی ائی زیادہ سونی ہوندی ائی ہاں کہنا میں دی اما سونی ہسی نا نا او میں کنو زیادہ سونی ہوندی ائی اچھا ایک واری کیا تھیا ساڈے گھر دے وچ 50 مہمان آ گئے 50 گھر وچ لپ اٹے دی نہ ہووے اچھا ول میں تے ادی پٹھانی ساری رات چکی تے اٹا پیندیاں 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 سا ڈو مان اٹا پینگی دا پی کی دا
ਵੱਡੀ ਅੰਮਾ 50 ਕਿਉਂ ਆ ਗਏ ਹਨ 50 ਹੀ ਕਰੂੰ ਜੋ ਤੇਰੇ ਵੱਡੇ ਅੱਬੇ ਦਾ ਮੇਲ ਮੁਲਾਕਾਤ ਡਾਢੀ ਹੁੰਦੀ ਆਈ ਢੇਰ ਬੰਦੇ ਹੀ ਵਾਸਤੇ ਆਏ ਹਨ ਮੈਂ ਧੱਪ ਮਰੇ ਸਾਂ ਨਾ ਵੱਲ ਚੱਲ ਚੱਬਾਲਾ ਥੱਪ ਮਰੇ ਸਾਈ ਮੇਰੀ ਪਿਆਰੀ ਅੰਮਾ ਤੂੰ ਕਿਤਨੀ ਅੱਛੀ ਹੈ ਅੰਮਾ ਕੋਈ ਗੱਲ ਜ਼ਰੂਰ ਹੈ ਜਿਹੜੀ ਲਾਡ ਪੇ ਥੀ ਨੇ ਨਾ ਅੱਛਾ ਅੰਮਾ ਮੈਂ ਕੋਈ ਕਿੱਸਾ ਤਾਂ ਸੁਣਾ ਅੱਛਾ ਮੈਂ ਹੀ ਆਖਾਂ ਕਿ ਇਤਨੇ ਪਿਆਰ ਕਿਉਂ ਥੀ ਤੇ ਪਿੰ ਕਿੱਸਾ ਸੁਣਨੇ ਹਾਂ ਅੰਮਾ ਅੱਛਾ ਅੱਛਾ ਠੀਕ ਹੈ ਵੱਲ ਸੁਣ ਮੈਂ ਤਾਂ ਝੋਲੀਏ ਸੁਣਦੇ ਸੁਣ ਸਾਂ ਮੈਂ ਕੀ ਮੇਰੀ ਦੀ ਪਤਾ ਕੀ ਹੱਬੀ ਕਰੇਂਗੀ ਹੁਣ ਸੁਣਾ ਅੰਮਾ ਇੱਕ ਸ਼ਹਿਜ਼ਾਦਾ ਹੈ ਉਹ ਇਤਨੇ ਵੱਡੇ ਮਹਿਲ ਵਿੱਚ ਰਹਿੰਦਾ ਹੈ ਇੱਕ ਦਿਨ ਉਹ ਸ਼ਿਕਾਰ ਖੇਡਣ ਕਿਤੇ ਜੰਗਲ ਵਿੱਚ ਆਇਆ ਅੱਛਾ ਜੰਗਲ ਵਿੱਚ ਆਇਆ ਘੋੜਾ ਉਹਨੂੰ ਸ਼ਿਕਾਰ ਖੇਡਣ ਕਿਤੇ ਪਰੇ ਦੂਰ 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 ਘੇਨ ਗਿਆ ਉਹ ਆਪਣਾ ਰਸਤਾ ਭੁੱਲ ਗਿਆ ਉਹਨੇ ਇਹਦੇ ਡਿੱਠਾ ਉਹਦੇ ਡਿੱਠਾ ਉਹਨੂੰ ਚਾਰੋਂ ਪਾਸੇ ਕੋਈ ਆਬਾਦੀ ਨਜ਼ਰ ਨਾ ਆਈ ਉਹ ਸ਼ੁਦਾ ਤ੍ਰਿਹਾ ਜਦੋਂ ਉਹਨੇ ਡਿੱਠਾ ਚਾਰੋਂ ਪਾਸੇ ਕੋਈ ਆਬਾਦੀ ਕਹਿਣੀ ਉਹ ਸ਼ੁਦਾ ਡਾਢਾ ਪਰੇਸ਼ਾਨ ਥਿਆ ਪਾਣੀ ਪੀਵਣ ਕਿਤੇ ਵੀ ਉਹਨੂੰ ਕੋਈ ਆਬਾਦੀ ਨਾ ਨਜ਼ਰ ਆਈ ਵਲ ਕਿਆ ਥਿਆ ਅੱਛਾ ਵਲ ਕਿਆ ਥਿਆ ਵਲ ਉਹਨੂੰ ਇੱਕ ਸੋਹਣੀ ਜੀ ਮਨਮੋਹਣੀ ਜੀ ਗਰੀਬ ਘਰ ਦੀ ਚੂਹੇ ਨਜ਼ਰ ਆਈ ਚੂਹੇ ਜੰਗਲ ਵਿੱਚ ਕਿਆ ਕਰੇਂਦੀ ਵਧੀ ਹੈ ਮੇਰੀ ਧੀ ਜੰਗਲ ਵਿੱਚ ਕਾਠਿਆਂ ਚੁਣਦੀ ਵਧੀ ਹੈ ਵਲ ਕਿਆ ਡਿਠਾ ਸ਼ਹਿਜ਼ਾਦੇ ਨੇ ਆਪਣੇ ਘੋੜੇ ਦਾ ਮੂੰਹ ਉਡਹੀ ਚਾਵਲ ਆਇਆ ਸ਼ਹਿਜ਼ਾਦੇ ਦੀ ਹਾਲਤ ਬੇਹੋਸ਼ੀ ਵਾਂਗੂ ਹੈ ਕਿਉਂ ਅੰਮਾ ਸ਼ੁਦਾ ਤ੍ਰਿਸਾ ਜੋ ਹੈ ਹਾਂ ਹਾਂ ਅੱਛਾ ਉਹ ਗਰੀਬ ਸੋਹਣੀ ਉਹਨੂੰ ਦੇਖ ਤੇ ਸਮਝ ਗਈ ਕਿ ਸ਼ੁਦੇ ਕੋ ਤ੍ਰੇਹ ਲੱਗੀ ਹੈ ਅੱਛਾ ਵੱਡੀ ਅੰਮਾ ਵੱਲ ਉਹ ਘਰ ਵੰਨ ਪਾਣੀ ਗੇਨ ਆਈ ਆਣ ਤੇ ਸ਼ਹਿਜ਼ਾਦੇ ਕੋ ਪਿਲਾਇਆ ਉਸ ਸ਼ਹਿਜ਼ਾਦਾ ਪਾਣੀ ਪੀ ਤੇ ਸਹੀ ਹੋਸ਼ ਚ ਆਇਆ ਅੱਛਾ ਵੱਲ ਕਿਆ ਥਿਆ ਵੱਲ ਸ਼ਹਿਜ਼ਾਦਾ ਖੁਸ਼ ਥਿਆ ਤੇ ਹੁੰਦੇ ਨੂੰ ਪੁੱਛੋਸ ਤੇਰਾ ਨਾਂ ਕਿਆ ਏ ਅੱਛਾ ਉਹ ਕਮਲੀ ਤੇ ਖੜੀ ਆਈ ਸੋਚਾਂ ਚ ਪੈ ਗਈ ਕਿ ਕੋ ਮੈਂ ਹੁਣ ਕਿਆ ਦੱਸਾਂ ਤੇ ਉਹ ਆਪਣਾ ਨਾਂ ਦੱਸਾ ਵਿਆ ਚ ਸ਼ਹਿਜ਼ਾਦਾ ਸਮਝ ਗਿਆ ਉਹਨੇ ਆਖਿਆ ਕਿ ਸ਼ਰਮੀਲੀ ਛੋਹਰੇ ਸ਼ਹਿਜ਼ਾਦੇ ਨੇ ਵੱਲ ਆਪਣੀ ਜਾਣ ਸੁਜਾਣ ਕਰਵਾਈ ਤੇ ਵੱਲ ਨੂੰ ਕਿਆ ਜਾਣ ਸੁਜਾਣ ਕਰਵਾਈ ਉਹਨੂੰ ਦਸਾਇਆ ਕਿ ਮੈਂ ਹੀ ਰਿਆਸਤ ਦਾ ਸ਼ਹਿਜ਼ਾਦਾ ਇਹ ਸੁਣ ਤੇ ਉਹ ਛੋਹਰ ਘਬਰਾ ਗਈ ਸ਼ਹਿਜ਼ਾਦੇ ਨੇ ਆਖਿਆ ਤੂੰ ਘਬਰਾ ਨਾ ਅਗਰ ਮੈਂ ਰਿਆਸਤ ਦਾ ਸ਼ਹਿਜ਼ਾਦਾ ਤੂੰ ਵੀ ਹੀ ਜੰਗਲ ਦੀ ਸ਼ਹਿਜ਼ਾਦੀ ਹੈ ਉਹ ਕਮਲੀ ਆਪਣੀਆਂ ਤਾਰੀਫਾਂ ਸੁਣ ਤੇ ਖੁਸ਼ ਥੀ ਗਈ ਸ਼ਹਿਜ਼ਾਦੇ ਨੂੰ ਹੁਣ ਕਮਲੀ ਨਾਲ ਤੇ ਹੁਣ ਕਮਲੀ ਕੋ ਸ਼ਹਿਜ਼ਾਦੇ ਨਾਲ ਪਿਆਰ ਥੀ ਗਿਆ ਅੱਛਾ ਪਿਆਰ ਥੀ ਗਿਆ ਵੱਲ ਸ਼ਹਿਜ਼ਾਦੇ ਨੇ ਉਹ ਕਮਲੀ ਨਾਲ ਵਾਅਦਾ ਕੀਤਾ
کتے کو میں روز ملنا سا والا ماں ہن میں نہیں سن پے بی بی کہانی تے کو فجر سنے سا نا نا ماں میں کون سنوا اے دیکھا کتنا دی تا کھڑے میں کوال سنوا پتر چاندر دی چوڑویں اے ہی سا کو تے کو دی نظر دا پے ادرات ہی گئے سن پے نا نا ماں سن پے میری دی سن پے میری دی سکے اچھا سن پے کیا بات ہے یار کیا خوب ہے یار مسجد آ کے دیکھو یار لو یار لو نادر بھائی دیکھو کیڑی قدرت مسجد ہے جاور دی واہ واہ سبحان اللہ زبردست ہے او رنگ کے کو دیکھو نا اینے بعد سامنے قلعہ دے داور تے او بھائی بھجن اسا دین گڑھ قلعے تے وڑنا چاہنے ہیں تے کتنا ایتھوں پن پوسی وچو ایسا تو 50 کلومیٹر کھسی تے اتو تے لیکن رستے کنے 100-150 ساکو پتا کہنا ہا ٹھیک ہے مہربانی ساکو وچو بننا چاہیے نادر یار آصف گاڑی گرم تھی گئی یار اپنے کو پانی ہاں نا بوتل پانی تو رہ گیا قلعہ ڈراور یار ہوں ساکو پانی کتوں مل سی ہوں گل پچھا گیا نا پوسی نہ پانی گولنا پوسی اپا ایویں کرے نے گاڑی کو تھے کھڑے نے ٹھیک ہے تو ہی رستے تے ون آصف تو ہی رستے تے ون تے میں ہی دے ویلا اپا جتھا جے کو پانی ملیا واپسی تھیں گاڑی کو لو آوے سو کوئی چارہ ہی کہہ رہی نا ٹھیک ہے تو ادھر نکل آصف تو ادھر نکل نادر جہے قدم سے آپ منجنا ہے انہیں قدم سے واپس آنا ہاں
ਪੇਰੇ ਤਾਂ ਦੋ ਬੰਦਿਆਂ ਦੇ ਹਨ, ਇੱਕ ਤਾਂ ਇਹ ਹੈ, ਦੂਜਾ ਪੇਰ ਕਿਹੜੇ ਪਾਸੇ ਵੇਂਦਾ ਪੇ? ਆਓ ਦੇਖੋ, ਇਹ ਦੋ ਬੰਦਿਆਂ ਦੇ ਪੇਰੇ ਨੇ, ਇੱਕ ਨਹੀਂ ਹੈ ਬੰਦਾ, ਇਹ ਵੇਂਦਾ ਪੇ ਪੇਰ, ਇਹ ਪੇਰ ਪੇ ਸ਼ੈਤਾਨ ਹੈ ਤੂੰ, ਥੱਪ ਮਰੇ ਸਾ, ਹੁਣ ਮੈਂ ਕੋ ਤੰਗ ਨਾ ਕਰੀ, ਚੱਲ ਭੱਜ ਤੂੰ ਭੱਜ। ਇਹਨੇ ਤਾਂ ਸਾਹੇ ਕੀ ਗੁਜ਼ਰਾਂ ਸਾ ਤਾਂ ਹੈ ਇਹਨੇ ਚ ਕੌਣ ਹੈ ਕੀ ਗੁਜ਼ਰਾਂ
मरे साईं। शहजादा पानी क्या शहजादा पानी सारी सारी रात डाडी अम्मा को किसे सुनती रहती है पानी अम्मा हुन डी कोई को शहजादे दे ख्वाब आवण पै गए सरदार बादल खान दे उठांदे पैरन गरीब लाल हां जुल जुल मैं भी देखा जुल आ जुल आ मां आ जुल दे से हां बाबा ते दसाया नहीं कि तू कौन है ते थई रोहित तू किवे है असा त्रै दोस्त रोहित दी किले दी सैर कराने आया से ते किला डरावर देख के असा मौजगढ़ ते दीनगढ़ दे किले देखण वे दे पासे ते रस्ते सारी गाड़ी खराब थी गई ते असा पानी दे लभण वास्ते इड्डी उड़ी गए से ते वाल सब कोई पता कह नहीं कि सनल क्या था और तुसा सा कोई था गहना है वे बहु परेशानी दा आलम है सब कुछ भी समझ नहीं आंदी पता नहीं मेरे बैडू दोस्त किथा ते केड़े हाल है छोसन अच्छा तो इना मतलब जड़ा नादर नादर आ ध्यान ओ उना दा यार तू है मैं हाँ। मैं उना को मैं आबादी एक पुजवा दीते वालेकुम सलाम हौसला रख मैं तेरी जीप अब देना बंदिया को भेजते मैकेनिक तो भिजवा देसा ओ ठीक थी ते आवे सी तू दू चार जहाड़े मेरे कोल रासे क्योंकि शहर बहुत दूर है इथू अच्छा दू चार जहाड़े लग वेसन तू इकू अब दा घर समझ इतना अब दा घर है सही थोड़ी बहुत मेहरबानी ਦੀਆਂ ਕੀ ਦਿੱਤੀਆਂ
वालेकुम सलाम अम्मा जन्नत, आओ बहो बहो आओ। वालेकुम सलाम बहो। अब्बा मेरा सरदार पुत्र ये कौन है ते हिंकू कित्थों घेना है? अम्मा ये त्रै यार हन, दू इंदे यार पहले भी मैं घेना आ, उन्हां को मैं आबादी च पुजा दिते, ये ता दू झाड़िया तू हुण टिब्बियां च पिया रह गए, ये ता इंदी जिंदगी दा धागा वड्डा आई कि ये बच गए, न ता ये शोदा कित्थों लभिया? ताकू ता पता है ना अम्मा, इरो ये जड़ा बंदा रोल बंदे उंदे ता वल हड्डिया भी नहीं लभदे। शक्ल सूरत करूं ता खानदानी माल लगदे। चंगा कीती पुत्र तू घे नहीं, ना तो शोदा रोई च रोल वने। हा ए ता हुन को जिंदी शक्ल देखण दी थई है, मुले तो तुसा देखो आ ना तो तोडे हाथ पैर काम करण छोड़ वने ना। मैं पहले ही में समझे शे सा कहनी, पर खैर सा हस। आए भाई तू सिर पकड़ा लाया हमें कामन। हाड़ी केरे की हमे देखो क्या जिडे वन्या अच्छा सियार पकड़न की हमे ने चल चब्बा था तुमरे सही। दर्दी है मैं कुनू मैं को मारे आ तो वाला मैं देखो आई को इवे कह दिए यो मैं सियार पकड़न मैं पकड़े तो वाला पता लगे को देखा मैं आ शादो शादो मैं शादो शादो जी बादल सिंह खैर ता है? हाँ खैर है। ते तू साई था कि मैं को सलवा गिंदे मैं खुद आवन यहाँ तो आने कोल। अच्छा तो तू तो बहना मैंने गाल सुन में दी इतवा इत शादो शादो मैं ते ना ले गाल करना चाहना। क्या गाल है सही क्या गाल करना चाहते वे
शादो कुछ गलें इंसान के दिल विच होने ते जिहड़ियां ओ हर किसी नाल तां नहीं कर सकदा ना। ओ शादो देखना अज गाल करन दा वेला आ गया ते मेरी गाल जरा गौर नाल सुन। सरदार सिंह तुसा क्या आखना चाहते वे जेड़ी गाल सीधे सीधे दसो ना मेरे को गुजारता ना पाओ। शादो दिल दियां गाली भी तो कहीं दिल आले नाल कीतियां वज सकदे ना। दिल दियां गाली हर कहीं नाल तो नहीं कीतियां वज सकदे ना। क्या मतलब है तुहाडा मैं कुछ समझी नहीं। शादो 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 मैं तेरे नाल प्यार करेना। क्या हमारे फैसला मेरे हाथ में कि तू मेरे नाल प्यार करेगी ना। बादल सही ना मैं तो तुहाको हमेशा एक सरदार दी नजर ना लिठे तुहाडी शान कित ते मैं कमली कित मैं तो तुहाडे पैरां दी रेत दे बराबर भी कहनी ना। सरदार बादल सिंह ना मेरे को तुहाडे मुँह चे गल चंगी नहीं लगी। शादो शादो देखना प्यार प्यार तो इन्हां चीज़ां को नहीं देता ना। प्यार प्यार तो प्यार होता शादो शादो क्या क्या सरदार को प्यार करने का हक है नहीं। शादो मेरे मेरे सीने में तो एक दिल है ना मैं ही दिल दे तू ते पास थे ते आके मैं देखू ते पास थे ते आके हूँ हूँ फैसला तेरे हाथ है जी। तू दसा कि तू क्या क्या करनी है मेरे नाल। वड्या तू सुन दे आईया कि लोहड़ा ही हमेशा रड़ दा ख्याल करें दे ते जेड़े वेले लोहड़ा ही रड़ को खावण पैवे सी ते रड़ दा ख्याल कौन करे सी। शुक्र है अल्लाह सही दा तू सुना तेरा क्या हाल है। सही हूँ तबीयत तो ठीक है बाकी दोस्तों के बारे में बहुत सारा फिक्र मानना। ना ना तेरे को फिक्र करने की जरूरत क्या नहीं वो बंदा है शहर तू वो मेरे को आके के दोस्त तेरे चले गए वो आधे प्यार नादर को आखी साकु यो रोही दा सफर साये थे। सरदार सिंह असल में पहली दफा रोई आए हैं ते सारे नाले ट्रेजेडी थी ये। तेरी जीप कल परसों वो भी आ वैसी पड़ते बंदे में दे शहर गए हुए हैं। सही मेहरबानी है सही जनाब रानी वो देर ही वास्ते थी गई है पुत्र तो उठा नाल बातें घेन घेन शहर पहुंच पर रहे हैं तू। अच्छा शहर तो कितना दूर थी वे ने। हाँ कोई सौ एक को पांदा है। अच्छा नादर पुत्र मैं सफर ते वेंदा पिया ते मेकू 10-15 जाड़े उठा लग वे सन कोई जरूरी काम है। सलाम अलैकुम जी। वालेकुम सलाम। ते मैं 10-15 जाने बाद वापस आवे सा ते तू वैसे कहना तू इथे ही रासे मेरा हुक्म है इको सरदार बादल दा हुकम समझ या आप दे वडे भीरा दा या मेदालाद समझ तू इथे ही रासे मेरे कोल ए तेरी आप दी जो के बा इथा तू जो खा जो पी जो यो कर तेरा अपना इलाका है
اے تیری خدمت وچ راسی اچھا اللہ حافظ بیا کوئی حکم سی نا نا کوئی کم ہو سی تو میں تو سد گن سا حالی کوئی ایسی گل نہیں چنگا سی ول میں ٹھیک کتنے سچے تے سادہ دل لوگ ہیں اور کتنا پیار کرنا میں تو کدی سوچا بھی نہیں واہ اتھے تے سردار اور چیو جیاں سردار بادل خان ہے اتنا کھرا تے سچا انسان اتنا پیار کرنا والا اگر سارے وسیب دے سارے سردار ایویں تھی وجن سارے پورے ملک چ کتنا امن تے سکون تھی ویسے اور خواجہ صاحب نے کیا خوب فرمایا اے روحی یار ملاوڑی ہے فن پیسوں لسی گاوڑی اے میرے واسطے شربت گھنا وے اے شربت کہنی اے گان دی لسی ہے ایک نو پیو یہ لسی سو خود بنائی ہے جی ہاں میں خود بنائی ہوں تو ہاڈے کیتے بہت میٹھی ہے تو ہاڈی کر اچھا میں وین ایک منٹ گال سن تھوڑی دیر بہو میرے گل ہی کرو نہیں میں نہیں باندھی میں بھی نہیں ہوں گل تو سنو والا ہے کیا کرنا ہے میرے کو پتہ لگے کہ سردار بادل تھا کہنے میں تے لسی پلاؤں آئی ہوں اچھا آؤ تھوڑی دیر بیٹھ نہیں میں نہیں باندھی کوئی دے گی اما آوے سی نہیں میری گل تو سنو ماحول کو نہیں جانا اور تیرے کو لبدا لبدا کیا میں تیرے کو سنیا بھیجا ہم دھپ مرے سا تسا مذاق بہت اچھی کر کے لیکن یہ بھی نہیں کیا میں تیرے نال پیار کر بیٹھا میں آتی ہوں کہ تو ٹوپے تے نہ آیا کر میں بکریاں چراون ویسا تو اتھے ہی آیا کر کیونکہ اگر ٹوپے تے کہیں آپا کو لے گی دا ٹھیک ہے میں تو کہوں اتھے ہی ملن آ گیا کرے سا پر تو خیال نہ لایا کر ٹھیک ہے میں خیال نہ لایا کرے سا اچھا میں ہوں لکڑیاں چاہتے وینیا ڈاڈی اما میرا انتظار کریں پی ہو سی Thank you.
ਅੱਜ ਤਾਂ ਸਵੇਰੇ ਸਵੇਰੇ ਦੀਦਾਰ ਥੀ ਗਏ ਤੇ ਹਾਂ ਠਰ ਗਏ। ਅੱਲਾ ਦੀ ਕਸਮ ਮੈਂ ਵੀ ਤੇ ਕੁੜੇ ਖੜਾ ਹਾਂ, ਬੱਕਰੀਆਂ ਚਰਾਵਣ ਦਾ ਤੈਕ ਬਹਾਨਾ ਆਈ। ਮੈਂ ਸਵੇਰੇ ਨਾਸ਼ਤਾ ਕੀਤੇ ਬਗੈਰ ਆਪਣੀ ਸ਼ਹਿਜ਼ਾਦੀ ਨੂੰ ਦੇਖਣ ਸਾਂਗੇ ਨਹੀਂ ਲਗਾਇਆ। ਤੁਸਾਂ ਨਾਸ਼ਤਾ ਕਰਨ ਦੇ ਵੇ, ਅਸਾਂ ਤਾਂ ਸਵੇਰੇ ਸਵੇਰੇ ਲੱਸੀ ਪੀ ਗਿੰਨੇ ਤੇ ਟੁਕਰ ਮਾਨੀ ਤਲਦੀ ਗੇਰ ਕੋ ਖਾਣੇ ਹੈ। ਮੈਂ ਲੱਸੀ ਪਾਣੀ ਆਪ ਦੇ ਨਾਲ ਖਿੰਨੇ ਆ, ਤੁਸਾਂ ਪੀਸੋ ਤਾਂ ਕੋ ਕਿਸ਼ੇ ਦੇਵਾਂ ਨਾ। ਮੈਂ ਕੁਛ ਨਹੀਂ ਪੀਂਦਾ, ਮੈਂ ਤਾਂ ਤੇਰੀ ਸਿਰਫ ਦੀ ਤਦਰ ਧੱਪ ਮਰੇ ਸਾ। ਮੈਂ ਤਾਂ ਤੇਰੇ ਹੁਸਨ ਨਜ਼ਾਕਤ ਤੇ ਮਾਸੂਮੀਅਤ ਤੁਸਾਂ ਵੀ ਨਾ ਫਦੇ ਔਰ ਜਿਹੜਾ ਤੇਰਾ ਭੋਲਾ ਪਾਨੇ ਉਹ ਤਾਂ ਮੇਰੀ ਜਾਨ ਕੱਢ ਗਈ। ਗੱਲ ਹੀ ਕਰਾਂ ਤਾਂ ਕੋਈ ਤੁਹਾਡੇ ਕੋਲੋਂ ਸਿੱਖੇ ਇਹਦੀਆਂ ਸੋਹਣਿਆਂ ਤੇ ਮਨ ਭਾਵਣਿਆਂ ਗੱਲ ਹੀ ਕਰਨ ਦੇਵੇ ਸ਼ਾਦੋ ਤਾਂ ਕੋਈ ਜਵਾਬ ਹੀ ਨਹੀਂ ਦੇ ਸਕਦੀ।
ਬਚ ਗਏ ਕਹਿਣਾ ਚੁੜੇ ਦਾ ਕੀ ਹੋ ਤੱਕ ਬਚਦੇ ਬੱਕਰੇ ਦੀ ਮਾਂ ਕੀ ਹੋ ਤੱਕ ਸ਼ਹਿਰ ਬਣੇ ਦੇ ਕਹਿਣਾ ਚੁੜੇ ਤਿੱਤਰ ਬਟੇਰੇ ਕੁੰਜਾਂ ਤੇ ਵੱਡੇ ਵੱਡੇ ਟੱਪ ਮਰੇਂਦੇ ਹੋਏ ਹਿਰਨ ਸਾਡੀ ਰੋਹੀ ਦਾ ਸਿੰਘਾਰ ਹਨ। ਅੱਛਾ, ਇੱਕ ਹਰਨੀ ਦਾ ਬਾਲ ਰੁੱਲ ਗਿਆ ਹਾ ਤੇ ਮੈਂ ਉਹ ਪਕੜਿਆ ਹਾਂ ਵਲ ਮੈਂ ਉਹ ਆਪਦੇ ਬੱਕਰੀਆਂ ਦਾ ਖੀਰ ਪੀ ਲੈਂਦੀ ਰਹਿ ਗਈ ਹਾਂ। ਅੱਛਾ, ਮੈਂ ਛੋਟੀ ਜਿਹੀ ਹਾਂ ਤੇ ਜਰਾ ਟੋਭੇ ਤੇ ਪਾਣੀ ਹੁਣ ਤਾਂ ਕੋਈ ਹੇਕ ਵੀ ਨਹੀਂ ਆਉਂਦਾ। ਸ਼ਾਦੋ, ਉਹ ਟੋਭੇ ਦੇ ਪਰਲੇ ਪਾਸੇ ਕਿਹੜੇ ਨੂੰ ਸੋਹਣੇ ਪੱਖੀ ਬੈਠਣ ਜਿਵੇਂ ਲੱਗਦੇ। ਖੜਨਾ ਵੀ ਨਾ ਹੁੰਦਾ। ਸ਼ਾਦੋ, ਤੂੰ ਕਿਹੜੇ ਰਸਤੇ ਤੇ ਟੁਰ ਪਈ ਮੇਰੀ ਦੀ? ਜੀ ਅੰਮਾ, ਕਿੱਥੇ ਗਈ ਐਵੇਂ? ਅੰਮਾ, ਉਹ ਮੈਂ ਚਰਾਂਦ ਰੇਖਣ ਗਈ ਹਾਂ ਬੱਕਰੀਆਂ ਦੀ। ਬੱਕਰੀਆਂ ਤਾਂ ਇੱਥੇ ਹੀ ਖੜੇ ਨੇ। ਇੱਥੇ ਹੀ ਖੜੇ? ਹਾਂ ਅੰਮਾ, ਉਹ ਮੈਂ ਦੇਖਣ ਗਈ ਹਾਂ ਕਿ ਅੱਗੂ ਚਰਾਂਦ ਹੈ ਜਾਂ ਕਹਿ ਨਹੀਂ। ਉਹ ਬਾਅਦ ਵਿੱਚ ਧੋਖਾ ਨਾ ਖਾਵਾਂ ਨਾ। ਧੋਖਾ? ਹਾਂ, ਵੰਨਿਆ ਹਾਂ ਦੇਖਾਂ ਅੱਗੂ ਚਰਾਂਦ ਨਾ ਹੋਵੇ ਹਾਂ ਕਮਲ ਵਾਪਸ ਆ ਵਾਂ ਹਾਂ ਨਾ। ਮੈਂ ਸੋਚੇ ਕਿ ਪਹਿਲੇ ਡਿੱਠੀ ਆਵਾਂ ਕਿ ਹੇ ਸਹੀ ਆ ਕਹਿ ਨਹੀਂ। ਹਾਂ ਅੰਮਾ, ਮੇਰੀ ਧੀ। ਹਾਂ ਅੰਮਾ, ਜਿਹੜਾ ਕਹੀਂ ਕੋ ਧੋਖਾ ਦੇਣਾ ਪਿਆ ਆਉਂਦੇ ਨਾ ਉਹ ਖੁਦ ਆਪਣੇ ਆਪ ਕੋ ਧੋਖਾ ਦੇਣਾ ਪਿਆ ਆਉਂਦਾ ਆਪਣੇ ਆਪ ਕੋ। ਅੰਮਾ, ਇਹ ਕਿਵੇਂ? ਤੂੰ ਜ਼ਮਾਨੇ ਦੀ ਉੱਚ ਝਿੱਕ ਕੋ ਨਹੀਂ ਸਮਝ ਸਕਦੀ। ਮੈਂ ਜ਼ਮਾਨੇ ਕੋ ਧੱਪ ਮਰੇ ਸਾਂ। ਤੂੰ ਮੇਰੀ ਸੋਹਣੀ ਅੰਮਾ ਹੈ ਨਾ ਬਸ। ਥੱਪ ਮਰੇ ਸਾਈ ਰਿਕਸ਼ਾ ਦੋ
ਤੇ ਮੈਂ ਕਿਤਨੇ ਦਫਾ ਮਨਾ ਕੀਤਾ ਇਵੇਂ ਨਹੀਂ ਕਰੀਦਾ ਮੈਂ ਕੀ ਕਰਾਂ ਮੇਰੀ ਆਦਤ ਜੋ ਹੈ ਆਦਤ ਵੀ ਤੇ ਖਿੱਚ ਕਿਆ ਠੀਕ ਹੈ ਕਿਆ ਕਿਆ ਹੈ ਮੈਂ ਕੋਈ ਗਾਲ ਤੇ ਦੱਸੇ ਸੇ ਪਰੇਸ਼ਾਨੀ ਦੀ ਵਜ੍ਹਾ ਕੀ ਅੰਮਾ ਤਾਂ ਮੇਰਾ ਇੰਤਜ਼ਾਰ ਕਰਨ ਦੀ ਬੈਠੀ ਹੋ ਸੀ ਮੈਂ ਬੱਕਰਿਆਂ ਕੋ ਪਾਣੀ ਪਿਲਾਉਣਾ ਹੈ ਇਥਾ ਤੇ ਤੇ ਨਾਲ ਬਹਿ ਗਈਆਂ ਮੈਂ ਹੁਣ ਵੇਂਦੀ ਪਈਆਂ ਗਾਲ ਤਾਂ ਸੁਣ ਥੋੜੀ ਦੇਰ ਤਾਂ ਬੈ ਦੇਖ ਸ਼ਹਿਜ਼ਾਦਾ ਮੇਕੋ ਸਮਝ ਨਹੀਂ ਆਉਂਦੀ ਕਿ ਕਿਆ ਥੀਗੇ ਹਰ ਵੇਲੇ ਉੱਠਦੇ ਬਾਂਧੇ ਸੌਂਦੇ ਜਾਗਦੇ ਮੈਂ ਤੇਰੇ ਖਿਆਲਾਂ 'ਚ ਬੁੱਢੀ ਰਹਿੰਦੀ ਹਾਂ ਕਮਲੀ ਇਹ ਕੋ ਤਾਂ ਪਿਆਰ ਆ ਗਿਆ ਔਰ ਇਹ ਸਾਰਾ ਕੁਛ ਮੇਰੇ ਨਾਲ ਵੀ ਮੈਂ ਥੀ ਦਾ ਮੈਂ ਪਰ ਇਹ ਦੁਨੀਆ ਕੋਲੋਂ ਵੀ ਡਰ ਲੱਗਦੇ ਦੁਨੀਆ ਬਹੁਤ ਜ਼ਿਆਦਾ ਖੈਰ ਮੇਰੀ ਜੀਪ ਸ਼ਹਿਰੋਂ ਬਣ ਕੇ ਵਾਪਸ ਆ ਗਈ ਹੈ ਤੇ ਮੈਂ ਕੱਲ ਵਾਪਸ ਚੱਲਾ ਵੇ ਸਾਂ ਕਿਆ ਮੈਂ ਧੱਪ ਮਰੇ ਸਾਈ ਚਲੋ ਮੈਂ ਨਹੀਂ ਤੇਰੇ ਨਾਲ ਬੁਲੈਂਦੀ ਜੇ ਤਾਂ ਵੰਜਣਾ ਹਾ ਤਾਂ ਵੱਲ ਆਇਆ ਕਿਉਂ ਹਾਵੇ ਸ਼ਦੋ ਮੈਂ ਤੇਰੇ ਨਾਲ ਪਿਆਰ ਕੀਤੇ ਤੇ ਪਿਆਰ ਕਰਨ ਵਾਲੇ ਕਦੇ ਇੱਕ ਬੈਕ ਛੋੜ ਕੇ ਨਹੀਂ ਵੰਜ ਸਕਦੇ ਮੈਂ ਇੱਕ ਦਿਮਾਰ ਆਪਣੀ ਸ਼ਾਦਾ ਕੋ ਜ਼ਰੂਰ ਖੇਨਣਾ ਸਾਂ ਫਿਰ ਤੂੰ ਵਾਪਸ ਨਾ ਆਇਓ ਨਾ ਤਾਂ ਤੇਰੀ ਸ਼ਾਦੋ ਮਾਰ ਵੇ ਸੀ ਤੇਰੀ ਸ਼ਾਦੋ ਨਾ ਨਾ ਸ਼ਾਦੋ ਇਵੇਂ ਨਹੀਂ ਆਖੀਦਾ ਯੂ ਜੇ ਗਾਲੀ ਨਹੀਂ ਕਰੀਆਂ ਮੇਰੀ ਵਫਾ ਦਾ ਤੈ ਮੇਕੂ ਇਹ ਸਿਲਾ ਦਿੱਤੇ ਨਾ ਦੇਰ ਮੈਂ ਤਾਂ ਤੈਨੂੰ ਚੰਗੇ ਖਾਨਦਾਨ ਦਾ ਬਾਲ ਸਮਝਦੇ ਆਪਣੇ ਘਰ ਚ ਬਣਾ ਦਿੱਤੀ ਆਈ ਮੇਕੂ ਕਿਆ ਪਤਾ ਕਿ ਮੈਂ ਇੱਕ ਨਾਂਗ ਦੇ ਬਾਲ ਤੂੰ ਆਪਣੀ ਆ ਪਿੰਨੇ ਚ ਪਲੇ ਦਾ ਪਿਆ ਜੈ ਵਕਤ ਆ ਤੇ ਇਹਨੂੰ ਡੰਗ ਮਾਰ ਤੂੰ ਵੀ ਬਾਸ ਨਹੀਂ ਆਇਆ ਵਾਹ ਨਾ ਦੇਰ ਵਾਹ ਵਾਹ ਕਿਆ ਖੂਬ ਸਿਲਾ ਦਿੱਤੇ ਤੈ ਮੇਕੂ ਦੇਖੋ ਤਾਂ ਮੈਂ ਕਹਿਣਾ ਛੁੜੇ ਸਾਂ ਨਾਦੇਰ ਕਹਿਣਾ ਛੁੜੇ ਸਾਂ ਤੇ ਕੋ ਸਰਦਾਰ ਸਿੰਘ ਇਹਨੇ ਜੀ ਪਰਦੇਸੀ ਦਾ ਕੋਈ ਕਸੂਰ ਕਹਿ ਨਹੀਂ ਇਹਨੂੰ ਮਾਫ ਕਰ ਦੇ ਵੋ ਇਹ ਬੇਕਸੂਰ ਹੈ ਸ਼ਾਦੋ ਤੇ ਕੋ ਪਤਾ ਹੈ ਕਿ ਤੂੰ ਇਹ ਕਿਆ ਦੀ ਪਈਏ ਤੇ ਕਿੰਦੇ ਸਾਹਮਣੇ ਆਦੀ ਪਈਏ ਸ਼ਾਦੋ ਨਾਦਾਰ ਤੁਸਾਂ ਜਿਹੜੀ ਸਜ਼ਾ ਦੇਵਣੀ ਹੈ ਹੋ ਮੈਕੂ ਜੋ ਮੈਕੂ ਸ਼ਾਦੋ ਕੋ ਕੁਝ ਨਾ ਆਖੋ ਕਹਿਣਾ ਸਿਰਦਾਰ ਤੇ ਕੋ ਸਰਦਾਰ ਬਾਦਲ ਮਾਰ ਮਾਰ ਜਿਤਨੀ ਸਜ਼ਾ ਦੇਣੇ ਮੈਂ ਬੁੜੇ ਅਗਰ ਸ਼ਾਦੋ ਕੋ ਪਿਆਰ ਕਰਨ ਦੀ ਸਜ਼ਾ ਹੈ ਤਾਂ ਚਾਹੇ ਮੈਂ ਕੋ ਮਾਰ ਹੀ ਦੇ ਮੈਂ ਕੋ ਮਨਜ਼ੂਰ ਹੈ ਲੇਕਿਨ ਮੈਂ ਸ਼ਾਦੋ ਨਾਲ ਪਿਆਰ ਕਰਨਾ ਪਿਆਰ ਕਰ ਤੇ ਮੈਂ ਉਹਦੇ ਨਾਲ ਸ਼ਾਦੀ ਕਰੇ ਸਾਂ ਤੇ ਉਹ ਕੋਈ ਤੋ ਗਿਣ ਕੇ ਬੈਠਾ ਸ਼ਾਦੀ ਸ਼ਾਦੀ ਪਰ ਤੂੰ ਇੱਥੋਂ ਜਿੰਦਾ ਰਾਸੇ ਤਾਂ ਬਲੂੰਗੜਾ ਸ਼ਾਦੀ ਕਰੇ ਸੀ ਤੈਂ ਸਰਦਾਰ ਬਾਦਲ ਦਾ ਪਿਆਰ ਜਿੱਥੇ
ਤੈਂ ਉਹਦੀ ਨਫ਼ਰਤ ਨਹੀਂ ਦਿੱਤੀ, ਤੂੰ ਇੱਥੋਂ ਜਿੰਦਾ ਵੇਸੇ ਤਾਂ ਮੈਂ ਦੇਖੋ ਮਾਰ ਖਾਦੇ ਸਾਂ। ਸਰਦਾਰ ਮਾਰ ਖਾਦੇ ਸਾਂ। ਮਾਫ਼ ਕਰ ਰਿਹਾ, ਮੈਨੂੰ ਮਾਫ਼ ਕਰ ਰਿਹਾ। ਮੈਂ ਤੁਹਾਡੇ ਪੈਰਾਂ 'ਤੇ ਹੱਥ ਰੱਖਣੀ ਆ, ਮੈਂ ਬਹੁਤ ਠੰਡਾ ਦੇਣੀ ਆ। ਨਾ ਸ਼ਾਦੋ, ਨਾ ਸ਼ਾਦੋ, ਤੂੰ ਇਹ ਪਰਦੇਸੀ ਦੇ ਪਿੱਛੋਂ, ਨਾ ਸ਼ਾਦੋ, ਨਾ ਸ਼ਾਦੋ, ਤੂੰ ਨਾ ਰੋ, ਤੂੰ ਨਾ ਰੋ ਸ਼ਾਦੋ, ਨਾ ਸ਼ਾਦੋ, ਸ਼ਾਦੋ ਤੈਂ ਤੈਂ ਤਾਂ ਸਰਦਾਰ ਬਾਦਲ ਕੋਲੋਂ ਸਿੱਧੇ ਸਿੱਧੇ ਉਹਦੇ ਸਾਹ ਹੀ ਮੰਗ ਕੀਤੇ ਨੀ। ਵਾਹ ਸ਼ਾਦੋ ਵਾਹ, ਹਨ ਸ਼ਾਦੋ ਹਨ। ਦੇਖੋ ਦੇਖੋ ਤੇਰਾ ਪਰਦੇਸੀ ਮੁਬਾਰਕ ਹੋਵੇ, ਪਰ ਮੈਂ ਤੇਰੇ ਪਰਦੇਸੀ ਕੋ ਕੁਝ ਨਹੀਂ ਆਦਾ, ਕੁਝ ਨਹੀਂ ਆਦਾ ਸ਼ਾਦੋ, ਮੈਂ ਤੇਰੇ ਪਰਦੇਸੀ ਕੋ ਵਨ ਘੇਣਵਾ ਨਹੀਂ ਪਰਦੇਸੀ ਕੋ, ਬਲਕਿ ਅੰਮਾ ਜੰਨਤ ਕੋਲ ਵੰਤੇ, ਮੈਂ ਆਪ ਤੇਰਾ ਰਿਸ਼ਤਾ ਮੰਗਸਾ ਹੀ ਪਰਦੇਸੀ ਵਾਸਤੇ, ਮੈਂ ਆਪ ਰਿਸ਼ਤਾ ਮੰਗਸਾ ਤੇਰਾ। ਨਾਦਰ ਨਾ ਨਾ ਤੂੰ ਮੇਰਾ ਯਾਰ ਹੈ ਵਨ, ਆਪਣੇ ਪਿਓ ਤੇ ਮਾਂ ਕੋ ਕਹਿਣਾ, ਮੈਂ ਆਪਣੇ ਹੱਥੇ ਸ਼ਾਦੋ ਤੇ ਤੇਰੀ ਡੋਲੀ ਤਰਸਾਂ, ਵਨ ਤੂੰ ਆਪਣੇ ਪਿਓ ਤੇ ਮਾਂ ਕੋ ਕਹਿਣਾ। ਬਾਬਾ ਸ਼ਹਿਜ਼ਾਦੇ ਦਾ ਸਮਾਨ ਕਿੱਥੇ ਹੈ? ਸਮਾਨ ਸਰਦਾਰ ਸਿੰਘ ਸਮਾਨ ਥਾਂ ਆਇਆ ਹੈ। ਠੀਕ। ਅੱਛਾ ਸ਼ਹਿਜ਼ਾਦਾ, ਦਿਲ ਤਾਂ ਨਹੀਂ ਕਰਦਾ ਪਰ ਤੇਰੀ ਮਜਬੂਰੀ ਵੀ ਸਮਝਦਾ, ਮੈਂ ਤਾਂ ਗੇ ਚਰਾਸਾਂ। ਸਰਦਾਰ ਬਾਦਲ ਸਿੰਘ, ਮੈਂ ਆਪਣੇ ਬਾਬਾ ਨੂੰ ਘਿਣ ਕੇ ਬਹੁਤ ਜਲਦੀ ਥਾ ਸਾਂ। ਠੀਕ ਹੈ। ਜਮੀਲਾ, ਅੱਜ ਖੈਰ ਤਾਂ ਹੈ, ਕਿਵੇਂ ਰਸਤਾ ਬੋਲ ਪਈ ਹੈ? ਬਹਿ ਵਨ ਜਮੀਲਾ। ਹਾਂ ਖੈਰ ਨਾਲ ਆਈ ਹਾਂ ਮਾਸੀ ਜੀ, ਬੇ ਮੇਰੇ ਪੁੱਤਰ ਗਾਮਣ ਕਿਤੇ ਸ਼ਾਦਾ ਦਾ ਰਿਸ਼ਤਾ ਗੱਡੀ ਹੋ। ਤੇਰੇ ਪੁੱਤਰ ਗਾਮਣ ਵਾਸਤੇ ਸ਼ਾਦੋ ਦਾ ਰਿਸ਼ਤਾ?
تڑے پیر پکڑے نے تیرے ناسی شادت رشتہ میرے جوڑی جگا دے نانا تو میرے پیر نہ پکڑ اسا تے کو سوچتے جواب دے سو اچھا والا ہوں میں وینی ہاں میرے شہزادہ پتر خیر تا ہے ہلی تھکیڑا گل نہیں تھا میرے بچے دا نا موما کوئی ایسی گل گئی نا پتر میں تیری ماں ہاں میرے کو پتا ہے کوئی گل تا ضرور ہے دسا میرے کو موما اتھوں نال ایک گل کراں تسا ناراض تا نہ تھی سو کہنا پتر کہنا میرے کو دسا ہاں جی جو میں تو کو دسے میں روہیت سردار بادل سنگھ دے گھر اندر آئی ہاں تے اتھاں ایک شادو نامی لڑکی نال میں کو پیار تھی گئے پیار کر بیٹی تے کیا دی ان پڑھ جاہل چھوڑ میں کو پیار کر بیٹی تے میں انہاں نال شادی کرنا چاہنا نا پوتر اے نہیں تھی سکتا میں اپنی اپنی برادری دے وچ اے نہیں تھی سکتا کہ تو اپنی مرضی کرے سارا بھی کوئی ارمان ہے ایک پوتر سہنا دیکھنا چاہنی ہے خوشیاں دیکھنا چاہنی ہے عزت نال کیا بیگم کیا میرے پتر نے اتنی غصے چی اپنے پتر دا حال سنے وے رخسانہ بیگم پریشان نہ تھی سب ٹھیک تھی ایسے کوئی پریشانی والی گل کہنی اپنا زبان کی تھی لیکن کیا تھی وہ بھی میری بھتری جی ہے میں تو گھر چ نہیں مان سکتی نا میرے کا رشتہ ختم تھی زبان ہی کوئی چیز ہوگی تم پہلے بھی بیمار رہنی ہے پریشان نہ تھی سب ٹھیک تھی میں کو کوئی بیماری سی ماری کہنا بس میں کو یہاں پریشانی ہے میں بیکے کو کیا مو لکھے سا جیڑی اپا زبان کی تھی ہوئی ہوندہ کیا تھی سی میں ہوں گھر جو بنجڑ نہیں کہنی تو سا سوچو نا ذرا میں آپ نادر پتر نال گال کرے گا کوئی حال نہیں تو تو سا دیوے تسلی بخش میں کو جواب دینے کے لیے تو سا ذرا کوشش تا کرو کو سمجھاؤ کہ پتر یہ عشق چار جہاں جاتا ہوندے یہ عمر جی تھی وے نہ ہوندے عشق اینا اے مطلب تا کہنی کہ ولجن دے نال عشق کیتے ہوندے نال شادی کرے ہاں ہاں سمجھے سا میں سمجھے بس اے ہن میں توارے دی چھڑی نہیں پئی ہاں میں شاد نہ شادی کرے سا دے پتر دی چوری کو دا میں کپڑے پہن دا نوے شادی پکڑے سنا وعدہ پکی گل ہے میرے بھرا دی شادی تھی سی میں تے جمبر پیسا جمبر ول کیڑ سا میں ہاری تو ایڈے ودی کیا ہے
अम्मा किस ओ ना ओ तेरी ते मेरी ना शादी थी ते क्या धप मरे सही जब बाल ना होवे ता हां देख रे मां की ता क्या मां मां की ता क्या मां क्या तेरी ते मेरी शादी थी ते रहीमा ओ मां रहीमा अम्मा रहीमा समान बद्धो ते सवेरे आपा सवेले सवेले थू लड जुलसु केडे अम्मा जुलसु आपा कुण आबादी जुलते रहना पोसे पता लगे जैसे आला टोभा सोगे लाड़े आला टोभा सोगे शेखे आला टोभा सोगे ना सुख साली आवे हा तो बे ना सुकेन ता स क्यों रोही छोड़ दे बनु रहीमा जी अम्मा शादो के थे शादो मंदर होसी शादो अड़ी ओ धी शादो जी अम्मा तू भी सोक गेन अपनी शादो को जरूर गिना ना सा तू क्या सोचेंदी खड़ी यूं समान बात ਅਸਾਂ ਲੋਕਾਂ ਦੀ ਜ਼ਿੰਦਗੀ ਵੀ ਕਿਹੋ ਜਿਹੀ ਜ਼ਿੰਦਗੀ ਹੈ ਤੇ ਰੱਬ ਸੋਣਾ ਆਪਣੀ ਰਹਿਮਤ ਦੀ ਬਾਰਿਸ਼ ਚਾ ਦੇਵੇ ਹਾ ਸਾਡੇ ਟੋਭੇ ਭਰੀ ਜਵੇਂਦੇ ਤਾਂ ਅਸਾਂ ਕਿਉਂ ਆਪਣੇ ਝੋਕਾਂ ਛੋੜਤੇ ਤੂੰ ਸਮਾਨ ਲੱਦਦੇ ਵਜੂਗਾ ਪਰ ਸ਼ਾਇਦ ਸੋਹਣੇ ਅੱਲਾ ਕੋ ਇਹੋ ਮਨਜ਼ੂਰ ਹੋ ਸੀ ਸਮਾਨ ਤਾਂ ਸਾਰਾ ਲੱਦ ਕੀਤੇ ਨਾ ਬਾਲ ਬੱਚਾ ਕੋ ਮਿਲਾ ਦਿੱਤੇ ਉੱਠ ਤਿਆਰ ਹੈ ਠੀਕ ਹੈ ਲੋ ਤੋ ਸਾ ਮੈਂ ਵੀ ਆਨਾ ਤੁਹਾਡੇ ਨਾਲ ਮੈਂ ਸਰਦਾਰ ਸਿੰਘ ਇੱਥੇ ਰਹਿ ਬਣਾ ਸੀ ਤੂੰ ਇੱਥਾ ਕੀ ਕਰੇ ਸੇ ਕੰਮ ਕੋ ਨੂੰ ਬਚਣਾ ਚਾਹਨੇ ਭੁੱਖਾ ਤੇ ਤ੍ਰਿਸਾ ਮਰਵੇ ਸੇ ਜੁਲ ਸਨ ਨਾਲ ਤੂੰ ਵੀ ਭਜ ਅੰਮਾ ਚੰਨਾ ਤੇ ਬੁੱਢੜੀ ਉਹਦਾ ਸਮਾਨ ਰਖਵਾ ਠੀਕ ਹੈ ਅੰਮਾ ਵਾਲ ਖਟੜੇ ਖਟੜੇ ਤਾਂ ਮੇਰੀ ਧੀ ਉਥੋਂ ਵੀ ਮਿਲਵੇ ਸਨ ਗੱਲ ਤਾਂ ਇਹ ਕਰ ਮੇਰੀ ਧੀ ਜੋ ਰੋਹੀ ਚੰਦੇ ਹੋਏ ਹਾਂ ਪਟੀਨੇ ਮੇਰਾ अरे शादो दी क्या सोचेंदी बेटी जी अम्मा आत जुलू आंदी पया अम्मा ਅਮਾ ਇਹ ਤੁਹਾਡਾ ਆਪਣਾ ਘਰ ਰਹੋ ਸਾਈਂ ਇਸਮਾਇਲ ਪੁੱਤਰ ਤੁਹਾਡੀ ਬਹੁ ਮਿਹਰਬਾਨੀ ਇਹ ਮੇਰਾ ਬਤਰੀਜਾ ਰਿਆਜ਼ ਖੜੇ ਅਮਾ ਤੋ ਕਈ ਚੀਜ਼ ਦੀ ਲੋੜ ਹੋਵੇ ਤੇ ਨਾ ਕੋ ਆਖਰੀ ਵੀਡੀਓ ਠੀਕ ਹੈ ਕਈ ਚੀਜ਼ ਦੀ ਲੋੜ ਹੋਸੇ ਤਾਂ ਸਾ ਆਖਦੇ ਰਿਆਜ਼ ਪੁੱਤਰ ਕੋਈ ਚੀਜ਼ ਦੀ ਲੋੜ ਅਮਾਰਾ ਕੋ ਹੋਵੇ ਭਾਈ ਕਰੀਮਨ ਕੋ ਹੋਵੇ ਤੇ ਤੂੰ ਵੀ ਨਾ ਨਾਲ ਤਾਮਨ ਕਰ ਠੀਕ ਹੈ ਚਾਚਾ ਮੈਂ ਵੇਂਦਾ ਪਿਆ ਆ ਯਾਸੀਨ ਜੀ ਮਿਹਰਬਾਨੀ ਸਰਦਾਰ ਸਾਈਂ ਤੇ ਬੰਜਾ ਪਵੇ ਇਹ ਜਾਵੇ ਇਥੋਂ ਬਹੁਤ अल्लाह ना बुलावे अम्मा शादो नहीं बैठी है हाँ हाँ शादो तो बैठी है यहाँ
ਲੜਦੀ ਸ਼ਾਦੋ ਹੈ ਭਾਈ ਅਬ ਹੈ ਮਿਲੂ ਸ਼ਾਦੋ ਕੋ ਮਾਸੀ ਬਿਸਮਿਲਾ ਪਰ 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 ਰਾਫੀਆ ਕੀ ਹਾਲ ਹੈ ਰਾਫੀਆ ਤੂੰ ਠੀਕ ਹੈ ਕੀ ਹਾਲ ਹੈ ਸ਼ਾਦੋ ਮੈਂ ਠੀਕ ਹਾਂ ਹੋਰ ਸ਼ਾਦੋ ਅਮਾ ਤੂੰ ਖੁਸ਼ ਹੈ ਦਾਦੀ ਕਿਥਾਂ ਤੇਰੀ ਕਿਥਾਂ ਬੈਠੀ ਅੰਦਰ ਬੈਠੀ ਹੈ ਅੱਛਾ ਤੂੰ ਸਭ ਹੋ ਗਾਲ ਹੀ ਕਰੋ ਮੈਂ ਤੇ ਦਾਦੀ ਕੋ ਮਿਲ ਆਵਾਂ ਮਾਸੀ ਨੂੰ ਪਤਾ ਲੱਗਾ ਰੋਹੀ ਕਿੰਨੇ ਵੱਡੀ ਚਾਹਤੇ ਹੇਦੇ ਆ ਗਏ ਵੇ ਮੇਰੇ ਕੋਲ ਦੂਜਾ ਜਹੜਾ ਮੁਲਤਾਨੋਂ ਆਈ ਆ ਮੈਂ ਕਿਹਾ ਵਈਆ ਮਾਸੀ ਕੋ ਮਿਲ ਲਾਵਾਂ ਮੇਰੀ ਧੀ ਜਦੋਂ ਨੇ ਰੋਹੀ ਸੁਖ ਸਾਲੀ ਹੁੰਦੀ ਏ ਸਰਦਾਰ ਇਸਮਾਇਲ ਚੰਨਣ ਸਾਕੂਆ ਜਾ ਲੈਣ ਦੇ ਰਹਿਣ ਵਾਸਤੇ ਕੀ ਤੋਂ ਦੀ ਮਿਹਰਬਾਨੀ ਹੈ ਸਾਡੇ ਤੇ ਮਾਸੀ ਡਾਢੇ ਚੰਗੇ ਨਾ ਬੱਚੇ ਤਕੜੇ ਨਹੀਂ ਹੀ ਮਾਂ ਸ਼ਾਦੋ ਕੋ ਤਾਂ ਸਾਡ ਆ ਕੇ ਆਪਣੀ ਦਾਈ ਮਾਂ ਕੋ ਮਿਲੇ ਮਾਸੀ ਮੇ ਕੋ ਮਿਲੀ ਹੈ ਸ਼ਾਦੋ ਭੱਜ ਤੇ ਆਣ ਮਿਲੀ ਹੈ ਮੇ ਕੋ ਸੁਨਿਆਣ ਖਤੀ ਅਸੀ ਮੇਰੀ ਰਾਬੀਆ ਤੇ ਸ਼ਾਦੋ ਬਾਹਰ ਖੜੀ ਹੈ ਖੁਸ਼ੀ ਠੀਕ ਠਾਕ ਹੀ ਜੈ ਸਭ ਖੈਰ ਹੈ ਆਦਾ ਕਰੀਮਣ ਮੈਂ ਖੁਸ਼ ਹਾਂ ਤੂੰ ਖੁਸ਼ ਹੈ ਪੁੱਤਰ ਕਰੀਮਣ ਗਾ ਕਾਪਾ ਹੀ ਹਾਂ ਮੈਂ ਕਾਪਾ ਹਾਂ ਠੀਕ ਹੈ ਪੁੱਤਰ ਸਰਦਾਰ ਇਸਮਾਇਲ ਦੇ ਟੋਕੇ ਦੀ ਮਸ਼ੀਨ ਤੇ ਟੁੱਕ ਦੇ ਗਾ ਤੇ ਮਾਲ ਢਾਂਡੇ ਗਵਾਂ ਸਾਡ ਅੱਛਾ ਠੀਕ ਹੈ ਅੱਛਾ ਇਹ ਗੱਲ ਹੈ ਹਾਂ ਰਾਬੀਆ ਇਹ ਗੱਲ ਹੈ ਨੀ ਤਾਂ ਹੁੰਦੀ ਮੁਲਤਾਨ ਅੱਛਾ ਤੂੰ ਮੁਲਤਾਨ ਰਾਣੀ ਤੇ ਸ਼ਹਿਜ਼ਾਦਾ ਵੀ ਤਾਂ ਉੱਥੇ ਹੀ ਰਹਿੰਦੇ ਤੂੰ ਮੇਰੇ ਨਾਲ ਮੁਲਤਾਨ ਜੁੜ ਮੈਂ ਉੱਥੇ ਤੇਰਾ ਇਲਾਜ ਵੀ ਕਰਵੇਸਾ ਹੋ ਸਕਦਾ ਹੈ ਤੇਰੇ ਦਿਲ ਦਾ ਸ਼ਹਿਜ਼ਾਦਾ ਉੱਥਾ ਹੀ ਮਿਲਵਈਏ ਅੱਛਾ ਤਾਂ ਤੂੰ ਮੁਲਤਾਨ ਇਹ ਸਾਰਿਆਂ ਕੁਝ ਜਾਣਨੀ ਹਾਂ ਵਲ ਤਾਂ ਮੈਂ ਜ਼ਰੂਰ ਜੁਲਸਾਂ ਉੱਥੇ ਤੁਹਾਡਾ ਘਰ ਤਾਂ ਹੈ ਨਾ ਹਾਂ ਵਿਆਹ ਮੈਂ ਕੰਮ ਕਰਨ ਆਇਆ ਕਰਾਂ ਕੀ ਗੱਲ ਹੈ ਮੈਂ ਤੇ ਕੋ ਘਰ ਲਭੇਂਦੀ ਵਦੀ ਹਾਂ ਕਿਉਂ ਆ ਤੇ ਕੋ ਦੱਸਾਂ ਤੇਰੀ ਗੱਲ ਨਾ ਸੁਣਾ ਤਾਂ ਵਲ ਤੂੰ ਵੀ ਨਾਰਾਜ਼ ਥੀ ਵੈਸੇ ਆ ਦੱਸੇਂਦੀਆਂ ਮਾਸੀ ਕੀ ਹਾਲ ਹੈ ਮੈਂ ਠੀਕ ਹਾਂ ਮੇਰੀ ਜੀ ਰਾਬੀਆ ਕੋ ਕਹਿ ਨਹੀਂ ਆਂਦਾ ਫਸ਼ਾਦ ਦੇ ਨਾਲ ਬਹਿ ਗਈ ਹੈ ਮੈਂ ਤਾਂ ਸ਼ਾਦੀ ਕਾਠੀ ਪਰੇਸ਼ਾਨ ਬਿਮਾਰ ਹੈ ਸ਼ੁਦੀ ਮਾਸੀ ਮੈਂ ਤੇ ਮੇਰੀ ਧੀ ਰਹਿੰਦੇ ਸੀ ਨਾ ਮੁਲਤਾਨ ਵੱਡੇ ਡਾਕਟਰ ਕੰਨੇ ਰਹਿੰਦੇ ਸੀ ਉੱਥੇ ਹੀ ਕੰਮ ਕਰਦੇ ਸੀ ਉੱਥੇ ਹੀ ਘਿੰਨ ਜਿੰਦੀਆਂ ਪਾ ਕੇ ਨਾ ਮੇਰੀ ਗੱਲ ਦੀ ਠੀਕ ਥੀ ਵੈਸੇ ਬਿਲਕੁਲ ਠੀਕ ਥੀ ਵੈਸੇ ਮੈਂ ਤੱਕਦਿਆਂ ਕੱਲ ਹੀ ਜੁਲੋ ਪੇ ਤੁਸਾਂ ਠੀਕ ਹੈ ਭਲਾ ਮੈਂ ਤੇਰੇ ਨਾਲੋਂ ਕੋ ਪੱਟ ਦੇ ਸਾਂ ਤੂੰ ਦੀ ਦਈ ਮਾਂ ਆਈ ਨਾ ਜਿਵੇਂ ਮੈਂ ਮਾਂ ਜਿਵੇਂ ਤੂੰ ਮਾਂ ਆਈ ਮੈਂ ਹੁੰਦਾ ਪੂਰਾ ਪੂਰਾ ਖਿਆਲ ਰੱਖਿਆ ਸਾਂ ਮੈਂ ਹੁੰਦੀ ਦਈ ਮਾਂ ਹੋਈ ਹਾਂ ਠੀਕ ਹੈ ਮੈਂ ਤੇਰੇ ਨਾਲ ਭੇਜ ਦੇ ਸਾਂ
मेरी दी उनका पूरा पूरा ख्याल रखी। तू फिक्र ही ना करी, मैं भी दी आली हूँ। प्लीज सारे घर आओ ना, मेरी मामा जी की तबीयत बहुत खराब है, जरा जल्दी। पता नहीं पापा से उन्होंने किधर चले गए। पैसे के नजर में इसे 5 मिनट पहले में मिले। जब से मेरी मम्मा हमको खैरियत है नाजर, बात तो है परेशानी की, आपकी जो है मम्मा ने बहुत ज्यादा टेंशन ली है जिसकी वजह से जो है उनकी तबीयत खराब हुई है। मैं आपको चंद दवाइयाँ लिख देता हूँ, आप जो है वो मंगवा लें तो, और आपने कोशिश यही रखनी है कि इन्हें किसी किस्म की परेशानी ना हो, और अगर फिर मेरी ज़रूरत पड़े तो मुझे जो है बुलवा लीजिए। ठीक है डॉक्टर साहब, दवाइयाँ लिख दो, मैं उन्हें मंगवा लेता। ठीक खालिद,
ਤੂੰ ਵੀ ਅਕਸਰ ਨਾਲ ਚਲਾਵਾਂ। ਤੁਸਾਂ ਮੈਡੀਸਨ ਵੀ ਹੈ ਕਿ ਨਾ ਹੋਣਾ ਤੁਹਾਡਾ? ਪਰੇਸ਼ਾਨ ਨਾ ਥਾ ਕਰੋ, ਪਰੇਸ਼ਾਨ ਨਾ ਥਾ ਕਰੋ ਨਾ। ਅੱਛਾ ਮੰਮਾ ਮੇਰੀ ਗੱਲ ਸੁਣੋ, ਤੁਸਾਂ ਜਿਹੜਾ ਕੁਝ ਆਖਸੋ ਮੈਂ ਹੁਣ ਕਰੇ ਸਾਂ, ਪਲੀਜ਼ ਤੁਸਾਂ ਨਾਰਾਜ਼ ਨਾ ਥੀਵੋ ਨਾ। ਮੈਂ ਜੋ ਕਿ ਸੋ ਕਰੇ ਸੀ ਨਾ। ਹਾਂ ਮੰਮਾ, ਤੁਸਾਂ ਮੇਰੇ ਕੋਲ ਜਿਹੜਾ ਕੁਝ ਆਖਸੋ ਮੈਂ ਉਹ ਕੁਝ ਕਰੇ ਸਾਂ। ਠੀਕ ਹੈ ਨਾ, ਬਸ ਪਰ ਤੂੰ ਮਾਮੇ ਦੀਦੀ ਨਾਲ ਸ਼ਾਦੀ ਕਰ ਦੇ। ਮਾਮਾ ਤੁਸਾਂ ਜਿਹੜਾ ਹੁਕਮ ਕਰਨੇ ਪਏ ਹੋ ਮੈਂ ਤਾਂ ਸਿਰ ਰੱਖੀ ਤੇ ਮੈਂ ਤੁਹਾਡੀ ਖੁਸ਼ੀ ਦੀ ਖਾਤਰ ਕੁਝ ਵੀ ਕਰ ਸਕਦਾ। ਸਦਕੇ ਥੀ ਬਸ, ਹਰ ਮੇ ਕੋ ਕੁਝ ਕਹਿਣੀ, ਮੇਰਾ ਲਾਲ ਮੇ ਕੋ ਕੁਝ ਕਹਿਣੀ, ਮੈਂ ਸਦਕੇ ਥੀ ਮੇਰਾ ਪੁੱਤਰ ਤੂੰ ਤਾਂ ਮੇਰਾ ਜਿਗੇ ਰਹੀ, ਮੈਂ ਇਹੋ ਤਾਂ ਜਾਣੀ, ਤੂੰ ਤਾਂ ਮੇਰਾ ਮਾਣ ਹੈ ਪਿਆ, ਤੇ ਤੂੰ ਤਾਂ ਤੱਤੀ ਵਾਹ ਨਾ। ਅੰਮਾ ਕਹਿੰਦੀ ਹੈ ਸ਼ਾਦੋ ਕੋ ਘੇਨਾ। ਕੀ ਵਾਸਤੇ? ਜਿਹੜੇ ਡਾਕਟਰ ਕੋ ਮੈਂ ਕੰਮ ਕਰੈਨੀ ਨਾ ਉਹਦੇ ਕੋਲ ਘੇਂਦੇ ਵਜੋ। ਵਲਾ ਸੇ ਕਦਾਂ ਵਾਪਸ? ਬਸ ਇੱਕ ਢੀ ਲੱਗਸੀ ਵੇਸਾ ਤੇ ਆਸ। ਜਲਦੀ ਵਲਣ ਦੀ ਕਰੀ, ਵੇਖੂ ਤੇਰੀ ਦਾੜੀ ਮੋ ਜਾਂਦੀ ਹੈ। ਪੋਤਰੀ ਇਸਮਾਇਲ ਸਾਈਂ, ਤੁਹਾਡੀ ਵੱਡੀ ਵੱਡੀ ਮਿਹਰਬਾਨੀ, ਤੁਸਾਂ ਸਾ ਕੋਈ ਥਾਂ ਕਹੀ ਚੀਜ਼ ਦੀ ਤਕਲੀਫ ਨਹੀਂ ਆਵਣ ਦਿੱਤੀ। ਹੁਣ ਬਾਰਿਸ਼ਾਂ ਠੀਕ ਗਏ, ਹੁਣ ਅਸਾਂ ਵਾਪਸ ਆਪਣੇ ਘਰ ਲੱਡੇ ਵੇ ਨੇ। ਕੋਈ ਨਹੀਂ ਅੰਮਾ, ਤੁਹਾਡਾ ਆਪ ਦਾ ਘਰ ਆ, ਤੁਹਾਡੇ ਵਾਸਤੇ ਹਰ ਵਕਤ ਦਰਵਾਜ਼ੇ ਖੁੱਲ੍ਹੇ ਨੇ, ਜਦੋਂ ਆਸੋ ਤੁਹਾਡੇ ਵਾਸਤੇ ਕੋਈ ਪਰੇਸ਼ਾਨੀ ਨਾ ਹੋਸੀ। ਅੰਮਾ ਸਮਾਨ ਚਾਹੋ ਤੇ ਜੁੱਲੂ। ਹਾਂ ਹਾਂ ਜਲਦੀ ਕਰੋ, ਸਮਾਨ ਚਾਹੋ ਜੁੱਲੂ। ਸ਼ਹਿਰ ਕਿਉਂ ਜਾ ਹੁੰਦੇ, ਵੱਡੀਆਂ ਵੱਡੀਆਂ ਗਾਡੀਆਂ ਅਤੇ ਵੱਡੇ ਵੱਡੇ ਭੱਤਿਆਂ ਵੀ ਹੁੰਦੇ ਨੇ। ਹਾਂ ਹਾਂ ਹੋਣੀਆਂ ਨੇ। ਅੱਛਾ ਜਿਹੜੇ ਵੇਲੇ ਮੇਰੇ ਕੋਲ ਮੇਰਾ ਸ਼ਹਿਜ਼ਾਦਾ ਮਿਲ ਹੋਈ ਸੀ ਨਾ, ਭਲਾ ਆਪਾਂ ਇਕੱਠੇ ਸੈਰ ਕਰੇ ਸੋ, ਟੁਰ ਸੋ ਫਿਰ ਸੋ। ਅੱਛਾ ਮੇਰੀ ਸ਼ਹਿਜ਼ਾਦੀ ਕਹਿੰਦੇ ਨਾ ਬੜੀ ਸਾਰੀ ਜੀਵ ਹੈ, ਆਪਾਂ ਹੁੰਦੇ ਉੱਤੇ ਟੁਰ ਸੋ ਫਿਰ ਸੋ। ਹਾਂ ਹਾਂ ਤੇਰਾ ਸ਼ਹਿਜ਼ਾਦਾ ਤੇ ਕੋ ਜ਼ਰੂਰ ਮਿਲ ਸੀ। ਪਹਿਲੇ ਆਪਾਂ ਵੈਸੂ ਮੋਮਲ ਦੀ ਸ਼ਾਦੀ ਤੇ ਵਰਲਡ ਏਕ ਸੂ, ਮੋਮਲ ਮੇਰੇ ਕੋ ਆਖਿਆ ਮੇਰੀ ਸ਼ਾਦੀ ਤੇ ਜ਼ਰੂਰ ਆਵੀਂ, ਨੀ ਵਾਸਤੇ ਤੇ ਕੋਈ ਗਿੱਧੀ ਜੁਲਸਾ। ਅੱਛਾ ਜਿਵੇਂ ਸਾਰੀ ਰੋਈ ਹੈ ਜ ਨਗਾਰੇ ਤੇ ਢੋਲ ਹੋਣੇ ਨੇ, ਕਿਆ ਇਥਾ ਇਹਨਾਂ ਦੀਆਂ ਸ਼ਾਦੀਆਂ ਤੇ ਵੀ ਉਹ ਹੋਣੇ ਨੇ? ਕਿਆ ਨਾ
ਤੂੰ
शादू शादू क्या थी ये तक तो खांगा नहीं पई है तक तो बुखार भी है करीमन ओ करीमन पुत्र क्या थी गे अम्मा करीमन मन डॉक्टर को कहना वान के जल्दी क्या थी गे मेरी दी को खांग दी कड़ी है देख तो सही बुखार ही है इस प्या मन जल्दी जल्दी डॉक्टर को घेना अच्छा मैं घेन नमदा मेरी दी को क्या घर में रही माँ को क्या क्या रही माँ को साथ के आवा सियाने सच ही आ गए माँ मरे थी कि ते थी मरे यारी डॉक्टर साहब मेरी दी का हाथ देखो मेरी दी को बहु खांगे देखो डॉक्टर साहब अभी हाथ ही देखो डॉक्टर सही मेरी दी ठीक तो थी वैसी जल्द तो जल्द ठीक कर दो असारे घर च असा ही देख खुशियां देखने डॉक्टर साहब मेरी दी को क्या है जल्द से जल्द इनकी शादी कर दो ठीक थी वैसे खुशियां लिख सो मेरी दी को क्या है तू खुश रखा करो अल्लाह थोड़ा चंगा करे से ठीक थी वैसे ठीक थी वैसे किसी गाल करे नहीं रही माँ ये कह नहीं थी सकता मैं कहना करे सौ गाले भोले नाल अपनी धी दी शादी मेरी मक्खन जेही धी है अम्मा गाला भोला ता है वलाई अपनी अखी दे अगूता रासे आखती ता मेरी धी तू ठीक है कि अखी दे सामने भी रह वैसे ते बीमार भी है डॉक्टर भी आखे के इन्हें शादी कर छोड़ो अम्मा ये तो उहो पिछू लगे वल भी जाते कि थाई वाह ही तक कोनी सकूं करी मर्दी भी इहो मर्जी है कि इथे ही रिश्ता थी बने अच्छा जे तू साख देवे ते वल ठीक है बिस्मिल्ला करते हाँ कर छोड़ो चाचा क्लीमर आखदा वसल चा दो ओ कल होटी तनु वसल रखे न वंते चा घेन अरे रही माँ अरे मेरी धी शादो को कपड़े पवा के दिन में हाँ माँ हाँ वो तैयार बैठी है जान जामन आ लिए करीमन पता नहीं कित है दे गाल है पक्के ही नल है कहना अयूब बनिया करीमन को तो साडा जान जामन आ लिए नो यार बटन मेल गन बटन यार मेरा हाँ माँ दते ने यार मेल गन बटन ਬੰਨ ਬਟਨ ਮੈਂ ਪੂਰੀ ਕਰੇ ਸਾਂ ਹੁਣ ਹਾਂ ਹੁਣ ਕਰੇ ਸਾਂ ਹੈ ਹਾਂ ਪੂਰੀ ਕਰੇ ਸਾਂ ਸੀੜ ਪਕੜੇ ਸਾਂ ਸੀੜ ਪਕੜੇ ਸਾਂ ਹੁਣ ਹੁਣ ਹਾਂ ਹੁਣ ਪਕੜੇ ਸਾਂ ਹਾਂ ਕੋਲ ਨਾ ਮਾਰੇ ਨਾ ਕੋਲ ਨਹੀਂ ਸੀ ਮਰਨ ਚੁੱਪ ਤੇ ਬੈ ਸਰਦਾਰਾਂ ਦਾ ਚੁੱਪ ਸਰਦਾਰਾਂ ਦਾ ਚੁੱਪ
سائیں سلام علیکم وعلیکم سلام ہاں وے سردار کو سلام کرنے کیتا کتے سے سونا आरजी घर असल घर तो सावरे का होंगे तू अपने असल घर भी नहीं गई हाँ मां आज मैं वाकई अपने असल घर में मैं दप ना मां हर मैं दप कहना मरे सा हाँ मां अम्मा अम्मा मेरे को किसा सुना केड़ा किस्सा मेरी धी शहजादे अलामा वो किस्सा सुना शहजादा तो शहजादा हा जड़ा उन्दे प्यो को पता चलिया
ते उंदे प्यो ने बई रियासत दी शहजादी नाल उंदी शादी कर दी। अम्मा तवालू जंगल दी कमली दा क्या बनिया? मेरी दी कमली तक कमली है, शुदी रोंदी खपदी मर गई, ही मस्ते रोंदी पिए। हाँ माँ, अम्मा अम्मा मेरे को आखरी दफा झोले सुमा जा। मैं सदके वन्या लक वारी मैं अपनी झोली सुमा वा लक वारी। अम्मा अम्मा तू आ क्या? मैं आज वेंदी बया ना, आज मैं तेरे को कुछ कहना लू कैसा? मेरी दी मेरी गास तेरे को तो खाऊंगे, तेरे को तो खाऊंगे मैं तेरी दवा गिन। अम्मा अम्मा तू बे अम्मा अम्मा ते आ क्या ही ना जड़ा कहीं मेरे को धोखा देना भी आओ ने ओ दरअसल अपने आप को धोखा देना भी आओ ने। अम्मा अम्मा मैं अपने आप को धोखा नहीं दे मामा। कर मैं डॉक्टर को सार के आनी हूँ ना डॉक्टर करीमान ना। मामा तू मैं अम्मा तू की दे ना मामा। अम्मा मैं अपने आप को धोखा नहीं दे मामा। अम्मा ओ शहजादा अम्मा शहजादा अम्मा अम्मा ओ शहजादा ना दे मैं शहजादे ना दे ना प्यार करेंगी अम्मा मैं प्यार करेंगी शहजादी ना मेरे को पता है मैं जा प्यार नहीं अम्मा मेरे को माफ कर रही है अम्मा मेरे को माफ कर रही है माफ कर रही है अम्मा मेरे को माफ। अम्मा अम्मा जड़ा बंदा जवानी एज मार मंजे ते उको पता होवे के मैं मर मरदा पिया ता उन्दे उन्दे दिल दी क्या 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 गुजर दी पई होसी अम्मा क्या गुजर दी पई होसी। अयो जंगली ना कर मेरी दी। अम्मा अम्मा क्या क्या गुजर दी पई होसी अम्मा 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 अयो जंगली ना कर। अम्मा 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 मेरे को पता नहीं क्या 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 दिन है मैं अम्मा 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 मेरे को पता नहीं क्या दिन है अम्मा अम्मा मेरा मेरा सा अम्मा मेरा सा मेरे पेरा जो लगता मेरे मेरा सा मेरे पेरा जो निकल रहा है अम्मा ना शादो ना 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 शादो मेरे पेरा जो निकल रहा है इमी ना करिया मने करिया ना ना जाने अम्मा 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 मेरे क्या दिन है अम्मा 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 कुछ मेरे क्या दिन है अम्मा अम्मा Yeah.
आखी उ आख छ जल्दी आख मां आमीन हां हां मैं छोले सुन दे से सा अच्छा मां अल्लाह से जरा मेरे को मौत रेवे ना तो मेरा सा तेरी झोलिए च निकले मेरे अल्लाह सही मेरी दी ने लाड किता तू कबूल जा किता तू कबूल जा किता ਸ਼ਾਦੋ ਦੀ ਸਹੇਲੀ ਹੈ ਨਾ ਹਾਂ ਮੇਰੀ ਸ਼ਾਦੋ ਕਿੱਥੇ ਹੈ ਮੈਂ ਕੋ ਖਿੰਨਣ ਆਇਆ ਹੁਣ ਕਿਉਂ ਪੁੱਛਦਾ ਪਈ ਕੀ ਮਤਲਬ ਉਹ ਤੇ ਸ਼ੋਦੀ ਆਪਣੇ ਘਰ ਗਈ बादल से मैं आ गया मैं अपनी शादी को घिनन आ गया ते मैं अपनी शादी को उस तो घिन के वैसा ओए परदेसिया ते ते आवने च बहुत देर कर दीती है क्या मतलब बहुत देर कर दीती परदेसी बहुत देर देखो देखो आख्या हम ना कि असा रोही दे लोग अगर कहीं नाल प्यार करने हैं तो वाल आखरी हद तक करने हैं आख्या हम ना हाँ शादो शादो तेरा रास्ता दे दी दे दी तेरी शादो मार गई है नहीं 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 बादल सही नहीं मेरी शादू नहीं मार सकती हाँ परदेसी मेरी शादू नहीं मार सकती परदेसी मैं सच आधा पिया नहीं नहीं मैं सच आधा पिया मैं ओ ओ ओ सामने कबर उस्ताने च ओ सामने कबर उस्ताने च ओ दी कबर ही
ਉਸ ਸਾਹਮਣੇ ਕਬਰ ਉਸਤਾਦ ਇੱਕ ਪਰਦੇਸੀ क्या कर रही थे ha ha ha